ਤਾਂ ਮਰੀਜ਼ਾਂ ਦਾ ਦਰਦ ਹੈ ਸਮਝਣ ਦੀ ਕੋਸ਼ਿਸ਼ ਕਰੋ ਜਿਹੜਾ ਆਪਣੇ ਘਰ ਤੋਂ ਬਹੁਤ ਸੈਂਕੜੇ ਕਿਲੋਮੀਟਰ ਦੂਰ ਤੋਂ ਚੰਡੀਗੜ੍ਹ ਪਹੁੰਚਿਆ ਹੋਏਗਾ ਇਲਾਜ ਦੇ ਲਈ ਉਸਦਾ ਕੀ ਹੱਲ ਹੋਏਗਾ ਜਦੋਂ ਉਸਨੂੰ ਪਤਾ ਲੱਗਦਾ ਕਿ ਹੜਤਾਲ ਹੈ ਅੱਜ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ ਅੱਗੇ ਵੱਧਦੇ ਹਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਇਲਾਜ ਦੀਆਂ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ PGI ਦਾ ਨੈਸ਼ਨਲ ਹੈਲਥ ਮਿਸ਼ਨ ਵਿਭਾਗ ਇੱਕ ਮਾਡਲ ਤਿਆਰ ਕਰ ਰਿਹਾ ਹੈ ਇਸ ਮਾਡਲ ਦਾ ਮਕਸਦ ਆਮ ਲੋਕਾਂ ਵਿੱਚ ਸਿਹਤ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਵੀ ਹੋਏਗਾ ਚੰਡੀਗੜ੍ਹ PGI ਵਿੱਚ ਇੱਕ ਖਾਸ ਮੀਟਿੰਗ ਰੱਖੀ ਗਈ ਜਿੱਥੇ ਸਿਹਤ ਨਾਲ ਜੁੜੀ ਜਾਣਕਾਰੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਤਰੀਕਿਆਂ ਤੇ ਚਰਚਾ ਹੋਈ ਦਰਅਸਲ 2013 ਵਿੱਚ ਇੱਕ ਖਾਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਅਤੇ ਅੰਬਾਲਾ ਦੇ ਹਰਿਆਣਾ ਸ਼ਹਿਰ ਦੀ ਚੋਣ ਹੋਈ ਸੀ ਇਹਨਾਂ ਦੋਹਾਂ ਸ਼ਹਿਰਾਂ ਵਿੱਚ ਲੋਕਾਂ ਦੀ ਸਿਹਤ ਪ੍ਰਤੀ ਜਾਣਕਾਰੀ ਨੂੰ ਲੈ ਕੇ ਰਿਸਰਚ ਕੀਤੀ ਗਈ ਅਤੇ ਉਸ ਰਿਸਰਚ ਦੇ ਨਤੀਜਿਆਂ ਦੇ ਆਧਾਰ ਤੇ ਇਸ ਮੀਟਿੰਗ ਵਿੱਚ ਸਿਹਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਵਿਚਾਰ ਕੀਤਾ ਗਿਆ 3 ਸਾਲ ਤੱਕ ਇਸ ਪ੍ਰੋਜੈਕਟ ਮੇ ਜੋ ਹੈ ਹਮਨੇ ਕਾਮ ਕੀਆ ਵਿਦ ਦਾ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਔਰ ਵਹਾਂ ਕਾ ਜੋ ਡਿਸਟ੍ਰਿਕਟ ਹੈਲਥ ਐਡਮਿਨਿਸਟ੍ਰੇਸ਼ਨ ਹੈ ਔਰ ਜੇ ਪਾਇਆ ਗਿਆ ਕਿ ਐਸਾ ਇੱਕ ਹੈਲਥ ਪ੍ਰਮੋਟਿੰਗ ਡਿਸਟ੍ਰਿਕਟ ਜੋ ਹੈ ਵੋ ਡਿਵੈਲਪ ਕੀਏ ਜਾ ਸਕਤੇ ਹੈ ਔਰ ਜੋ 3 ਸਾਲ ਕਾ ਐਕਸਪੀਰੀਅੰਸ ਹੈ ਜੋ ਬਹੁਤ ਇਨਕਰੇਜਿੰਗ ਰਹਾ ਕਿਉਂਕਿ ਜੋ ਲੋਕੋਂ ਕੀ ਜੋ ਨੌਲੇਜ ਹੈ ਵੋ ਇੰਪਰੂਵ ਹੋਈ ਇਸ ਸੇ ਔਰ ਜੋ ਹਮਾਰੇ ਕਲਾਇੰਟ ਆਤੇ ਹੈ ਹਮਾਰੇ ਹੈਲਥ ਵਰਕਰ ਡਾਕਟਰਸ ਉਨ੍ਹਾਂ ਲੋਕੋਂ ਕੋ ਹੈਲਥ ਐਜੂਕੇਸ਼ਨ ਮੈਸੇਜ ਦੇਣਾ ਸ਼ੁਰੂ ਕਰ ਦੀਏ ਕੇਂਦਰ ਸਰਕਾਰ ਵੱਲੋਂ ਵੀ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਸ ਸਰਵੇ ਦੇ ਨਤੀਜਿਆਂ ਨੂੰ ਕਾਰ ਦੇ ਸਿਹਤ ਦੇ ਸੰਬੰਧਿਤ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਜਾਏਗਾ ਦੇਖੀਏ ਕੋਈ ਵੀ ਪ੍ਰੋਜੈਕਟ ਜੋ ਹੋਤਾ ਹੈ ਨਾ ਉਸਕਾ ਇੱਕ ਐਵੀਡੈਂਸ ਹੋਤਾ ਹੈ ਤੋ ਇਸ ਪ੍ਰੋਜੈਕਟ ਸੇ ਐਵੀਡੈਂਸ ਆਇਆ ਫਾਇੰਡਿੰਗਸ ਆਈ ਹੈ ਤੋ ਹਮ ਇਸਕੋ ਇਸਕੇ ਰਿਕਮੈਂਡੇਸ਼ਨਸ ਕੋ ਆਪਣੇ ਜੋ ਸਕੂਲ ਹੈਲਥ ਪ੍ਰੋਗਰਾਮ ਔਰ ਬਾਕੀ ਜੋ ਬਣਾ ਰਹੇ ਹੈ ਉਸਮੇ ਇਨਕਾਰਪੋਰੇਟ ਕਰੇਂਗੇ ਔਰ ਉਸਕੋ ਔਰ ਸਕੇਲ ਅਪ ਕਰੇਂਗੇ ਉਧਰ ਪੰਜਾਬ ਨੇ ਵੀ ਸਿਹਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਸਰਵੇ ਦੇ ਨਤੀਜਿਆਂ ਨੂੰ ਕਾਰਗਰ ਮੰਨਿਆ ਅਤੇ ਆਸ਼ਵਾਸਨ ਦਿੱਤਾ ਕਿ ਇਸ ਨੂੰ ਪ੍ਰੈਕਟੀਕਲ ਤੌਰ ਤੇ ਲਾਗੂ ਕੀਤਾ ਜਾਏਗਾ ਇਸਕੋ ਹਮ ਪੂਰੇ ਸਟੇਟ ਮੇ ਇੰਪਲੀਮੈਂਟ ਕਰਨੇ ਕੇ ਲੀਏ ਅਭੀ ਨੈਕਸਟ ਮੰਥ ਸੇ ਇੱਕ ਤੋਂ ਹਮ ਪੂਰੀ ਹੈਲਥ ਕੈਂਪੇਨ ਸ਼ੁਰੂ ਕਰ ਰਹੇ ਹੈ ਅਕ੍ਰੋਸ ਦੀ ਸਟੇਟ ਵੀਲ ਗੋ ਟੂ ਆਲ ਦੀ ਡਿਸਟ੍ਰਿਕਟਸ ਹਰ ਡਿਸਟ੍ਰਿਕਟ ਕੇ ਹਰ ਗਾਓਂ ਮੇ ਹਰ ਸ਼ਹਿਰ ਕੇ ਹਰ ਵਾਰਡ ਮੇ ਜਾਏਗੇ ਲੋਕੋਂ ਕੋ ਹੈਲਥ ਕੀ ਸਕੀਮਸ ਕੇ ਬਾਰੇ ਮੇ ਔਰ ਹੈਲਥ ਇਨਫੋਰਮੇਸ਼ਨ ਕੇ ਬਾਰੇ ਮੇ ਉਨਕੋ ਬਤਾਨੇ ਕੇ ਲੀਏ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਦਾ ਨਿਵਾਸ ਹੁੰਦਾ ਹੈ ਇਸ ਲਈ ਸਿਹਤ ਦੇ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਅਜਿਹੇ ਸਰਵੇ ਜਾਗਰੂਕਤਾ ਦੇ ਇਸ ਮਿਸ਼ਨ ਵਿੱਚ ਅਹਿਮ ਸਾਬਿਤ ਹੋ ਸਕਦੇ ਨੇ ਚੰਡੀਗੜ੍ਹ ਤੋਂ ਇਤਿਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ